ਇੱਕ ਦਿਨ 15-15 ਦਿਨ ਦੀ ਜਿਹੜੀ ਆਪਾਂ ਅਰਕੀ ਪਰਮੇਸ਼ਰ ਦੀ ਕਰ ਰਹੇ ਸੀ, ਤੁਹਾਡੇ ਕੋਲ ਸਾਹ ਦੀ ਪ੍ਰੋਬਲਮ ਸੀ, ਲੰਗਸ ਦੀ ਪ੍ਰੋਬਲਮ ਸੀ, ਅਤੇ ਹੁਣ ਤੁਹਾਨੂੰ ਅਸੀਂ 15-20 ਦਿਨ ਦਾ ਅਸੀਂ ਰੈਸਟ ਦਿੰਦੇ ਹਾਂ, ਪਹਿਲੇ ਵੀ ਤੁਸੀਂ ਕਿੰਨਾ ਰੈਸਟ ਕਰਕੇ ਆ ਰਹੇ। ਸੋ ਅਸੀਂ ਚਾਹੁੰਦੇ ਹਾਂ ਕਿ ਜੋ ਤੁਹਾਨੂੰ ਅੱਜ ਤੱਕ ਵੈਰੀ ਫਸਟ ਏਜ ਤੋਂ ਪਹਿਲੇ ਵਾਰੀ ਜਦੋਂ ਆਏ ਸੀ ਉਦੋਂ ਕੀ ਕੰਡੀਸ਼ਨ ਸੀ, ਉਹਦੇ ਵਿੱਚ ਕੀ ਤੁਸੀਂ ਆਪਾਂ ਨੂੰ ਦੇਖਿਆ ਕਿ ਸੁਣਿਆ ਨਾਲ ਮੇਰੇ ਸਰੀਰ ਦੇ ਵਿੱਚ ਇਮਿਊਨਿਟੀ ਜਿਹੜੀ ਆਪਾਂ ਕਹਿ ਸਕਦੇ ਰਜਿਸਟੈਂਸ ਬਿਮਾਰੀ ਦੇ ਖਿਲਾਫ ਲੜਨੀ ਜਿਹੜੀ ਤਾਕਤ ਹੈ ਉਹਦੇ 'ਚ ਕਿੰਨਾ ਵਾਧਾ ਹੋਇਆ, ਠੀਕ ਹੈ। ਜਿਹੜੇ ਸਾਈਡ ਇਫੈਕਟ ਸੀ ਜਿਹੜਾ ਉਸ ਸਟੀਰਾਇਡ ਵਗੈਰਾ ਤੁਸੀਂ ਲੈ ਰਹੇ ਸੀ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਮੇਰੇ ਚਿਹਰੇ 'ਤੇ ਜਾਂ ਬਾਕੀ ਸਰੀਰ 'ਚ ਮੈਨੂੰ ਕੀ ਮਹਿਸੂਸ ਹੋ ਰਿਹਾ, ਅਤੇ ਹੁਣ ਕਿਹੜੀ ਚੀਜ਼ ਤੁਹਾਡੇ ਕੋਲ ਪ੍ਰੈਜੈਂਟਲੀ ਇਸ ਟਾਈਮ ਜ਼ਿਆਦਾ ਪ੍ਰੋਬਲਮ ਕਰ ਰਹੀ ਹੈ? ਮੈਂ ਚਾਹੁੰਦਾ ਪਹਿਲੇ ਨਾਲ ਤਾਂ ਮੇਰਾ ਬਹੁਤ ਜ਼ਿਆਦਾ ਫਰਕ ਹੈ। ਮੈਂ ਇੰਟਰ ਪਹਿਲੀ ਸੀ ਅਸੀਂ ਪਹਿਲੇ ਸਟ੍ਰਾਈਕ ਖਾਧੀ ਉਸੇ ਯਾਦ ਹੋ ਗਿਆ ਆਫ ਕਰ ਲਈ ਮੈਂ ਚੱਲੇ ਨੇ ਬੜੀ ਮੁਸ਼ਕਿਲ ਉੱਠੀ ਤੀ ਆਪਣਾ ਕੰਮ ਨਹੀਂ ਕਰ ਸਕਦੀ ਤੀ ਉਹ ਆਪਣਾ ਕੰਮ ਕਰੀ ਰੱਖੀ ਤੋ ਸਵੈਲਿੰਗ ਹੋ ਗਈ ਤੀ ਮੇਰੇ ਫੇਸ 'ਤੇ ਔਰ ਸਵੈਲਿੰਗ ਵੀ ਠੀਕ ਹੈ ਥੋੜ੍ਹਾ ਮੈਨੂੰ ਬੈਟਰ ਲੱਗ ਕਾਫੀ ਬੈਟਰ ਲੱਗ ਰਿਹਾ ਪਹਿਲੇ ਸੀ। ਕਿਸ ਤਰ੍ਹਾਂ ਦਾ ਤੁਹਾਨੂੰ ਚੰਗਾ ਲੱਗ ਰਿਹਾ? ਬਾਥਰੂਮ ਜਾਣਾ ਪਹਿਲੇ ਵੀ ਮੁਸ਼ਕਿਲ ਹੋਤੀ ਥੀ ਅਬ ਥੋੜ੍ਹਾ ਆਪਣੇ ਆਪ ਵਿਸ਼ਵਾਸ ਬਣਤਾ ਹੈ ਕਿ